ਸਤਿ ਸ਼੍ਰੀ ਅਕਾਲ ਜਸ ਪੰਜਾਬੀ ਤੇ ਪੰਜਾਬ ਬੋਲਦਾ ਵੇਖ ਰਹੇ ਹੋ ਜੀ ਤੁਸੀਂ ਮੈਂ ਹਾਂ ਕੁਲਵਿੰਦਰ ਸਿੰਘ ਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲ ਕਰਾਂਗੇ ਸੂਬਾ ਸਰਕਾਰ ਵੱਲੋਂ ਲਏ ਗਏ ਕੁਝ ਫੈਸਲਿਆਂ ਦੀ ਦਰਅਸਲ ਔਰਤਾਂ ਦੇ ਨਾਲ ਸੰਬੰਧਿਤ ਤੇ ਫੈਸਲੇ ਨੇ ਇੱਕ ਤਾਂ ਪੜ੍ਹਾਈ 12ਵੀਂ ਤੱਕ ਦੀ ਸਰਕਾਰ ਵੱਲੋਂ ਮੁਫਤ ਕਰਵਾਉਣ ਦਾ ਐਲਾਨ ਕੀਤਾ ਗਿਆ ਤੇ ਇਸ ਤੋਂ ਇਲਾਵਾ ਜੋ ਸਰਕਾਰੀ ਟਰਾਂਸਪੋਰਟ ਹੈ ਉਸ ਦੇ ਵਿੱਚ ਔਰਤਾਂ ਦੇ ਲਈ 50% ਕਿਰਾਏ ਦੇ ਵਿੱਚ ਕਟੌਤੀ ਕੀਤੀ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਮਹਿਲਾ ਦਿਵਸ ਦੇ ਮੌਕੇ ਦੇ ਉੱਤੇ ਇਹ ਫੈਸਲਾ ਉਸ ਦੇ ਵੱਲੋਂ ਲਿਆ ਗਿਆ ਹੈ ਹਾਲਾਂਕਿ ਇਸ ਨੂੰ ਲੈ ਕੇ ਲੋਕ ਕੀ ਕੁਝ ਸੋਚਦੇ ਨੇ ਖਾਸ ਤੌਰ ਦੇ ਉੱਤੇ ਜੋ ਮਹਿਲਾਵਾਂ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਅੱਜ ਪੰਜਾਬ ਬੋਲਦਾ ਦੇ ਵਿੱਚ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਉੱਥੇ ਹੀ ਰੋਡਵੇਜ਼ ਦੇ ਨਾਲ ਸੰਬੰਧਿਤ ਕੁਝ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਦਾ ਇੱਕ ਪੱਖ ਇਹ ਵੀ ਹੈ ਕਿਉਂਕਿ ਸਰਕਾਰ ਪਹਿਲਾਂ ਤੋਂ ਹੀ ਬਹੁਤ ਸਾਰੇ ਵਰਗਾਂ ਨੂੰ ਇਸ ਤਰੀਕੇ ਦੀ ਸਬਸਿਡੀ ਦੇ ਰਹੀ ਹੈ ਪਰ ਮੌਕੇ ਦੇ ਉੱਤੇ ਜਿਹੜਾ ਹੈ ਉਹ ਰੋਡਵੇਜ਼ ਨੂੰ ਇਹ ਸਬਸਿਡੀ ਸਰਕਾਰ ਮੁਹੱਈਆ ਨਹੀਂ ਕਰਵਾ ਪਾਉਂਦੀ ਜਿਸ ਕਰਕੇ ਮਹਿਕਮੇ ਨੂੰ ਵੀ ਜਿਹੜਾ ਹੈ ਇਸ ਦੀ ਵਜ੍ਹਾ ਕਰਕੇ ਕੁਝ ਨਾ ਕੁਝ ਦਿੱਕਤ ਜਿਹੜਾ ਉਸ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਆਓ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਲੋਕਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਰਕਾਰ ਦੇ ਇਸ ਫੈਸਲੇ ਦੇ ਬਾਰੇ ਉਹ ਕੀ ਸੋਚਦੇ ਨੇ ਤੇ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੋ ਔਰਤਾਂ ਨੇ ਜੀ ਉਹਨਾਂ ਨੂੰ 50% ਕਿਰਾਇਆ ਸਰਕਾਰੀ ਬੱਸਾਂ ਦੇ ਵਿੱਚ ਮਾਫ਼ ਕੀਤਾ ਜਾਵੇਗਾ ਸਾਡੇ ਨਾਲ ਮਹਿਕਮੇ ਦੇ ਕੁਝ ਮੁਲਾਜ਼ਮ ਨੇ ਉਹਨੂੰ ਪੁੱਛਦੇ ਆ ਕਿ ਕਿੰਨਾ ਕੁ ਫਾਇਦਾ ਹੋਏਗਾ ਮਹਿਕਮੇ ਨੂੰ ਤੇ ਸਰਕਾਰ ਅੱਗੇ ਹੋਰ ਇਸ ਦੇ ਵਿੱਚ ਕੀ ਕੁਝ ਕਦਮ ਚੁੱਕ ਸਕਦੀ ਹੈ ਭਾਜੀ ਕੀ ਨਾਂ ਤੁਹਾਡਾ ਜਤਿੰਦਰ ਸਿੰਘ ਹੈ ਜਤਿੰਦਰ ਜੀ ਤੁਸੀਂ ਦੱਸੋ ਜਿਹੜਾ ਸਰਕਾਰ ਨੇ ਫੈਸਲਾ ਕਰਿਆ ਹੈ ਜਿਹੜਾ ਮੁਲਾਜ਼ਮ ਵਰਗ ਹੈ ਤੁਸੀਂ ਮਹਿਕਮਾ ਇਹਦੇ ਬਾਰੇ ਕੀ ਸੋਚਦਾ ਕਿਵੇਂ ਦਾ ਫੈਸਲਾ ਹੈ ਇਹਦੇ ਵਿੱਚ ਬਹੁਤ ਵਧੀਆ ਫੈਸਲਾ ਹੈ ਇਹਦੇ ਵਿੱਚ ਜਿੰਨੇ ਵੀ ਸਟੂਡੈਂਟ ਪ੍ਰਾਈਵੇਟ ਬੱਸਾਂ ਨਾਲ ਜਾਂਦੇ ਆ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਉਹ ਅੱਧਾ ਕਿਰਾਏ ਤੇ ਲੈ ਕੇ ਜਾਂਦੇ ਆ ਉਹੀ ਸਟੂਡੈਂਟ ਸਾਡੇ ਨਾਲ ਆਇਆ ਕਰਨਗੇ ਜਿਸ ਤਰ੍ਹਾਂ ਕਿ ਘਣੂਆਂ ਕਾਲੇ ਦੇ ਬੱਚੇ ਆ ਲੁਧਿਆਣੇ ਤੋਂ ਆਉਂਦੇ ਆ ਉਹ 80 ਰੁਪਏ ਕਿਰਾਇਆ ਪ੍ਰਾਈਵੇਟ ਵਾਲੇ 50 ਰੁਪਏ ਲੈ ਕੇ ਆਉਂਦੇ ਆ ਉਹ ਅਸੀਂ ਉਹਨਾਂ ਨੂੰ 40 'ਚ ਲੈ ਕੇ ਆਇਆ ਕਰਾਂਗੇ 40 ਦੇ ਵਿੱਚ ਲੈ ਕੇ ਆਏਗੇ ਉਹ ਸਟੂਡੈਂਟ ਜਿੰਨਾ ਵੀ ਸਾਡੇ ਨਾਲ ਚੜ੍ਹਿਆ ਕਰੂਗਾ ਇਹਦੇ ਵਿੱਚ ਟਰਾਂਸਪੋਰਟ ਮਹਿਕਮੇ ਨੂੰ ਫਾਇਦਾ ਹੋਊਗਾ ਹੋਰ ਕੀ ਲੱਗਦਾ ਵੀ ਮਹਿਕਮਾ ਹੋਰ ਫਾਇਦੇ 'ਚ ਆਵੇ ਅਤੇ ਸਰਕਾਰ ਹੋਰ ਕੀ ਕਰ ਸਕਦੀ ਹੈ ਬੱਸਾਂ ਵਧਾਉਣੀਆਂ ਚਾਹੀਦੀਆਂ ਸਰਕਾਰ ਇਹਦੇ ਵਿੱਚ ਨਵੀਆਂ ਗੱਡੀਆਂ ਪਾਉਣ ਸਰਕਾਰ ਨਵੀਆਂ ਗੱਡੀਆਂ ਪਾਈਆਂ ਜਾਣ ਰੋਡਵੇਜ਼ 'ਚ PRC ਦੇ ਵਿੱਚ ਇਹਦੇ ਵਿੱਚ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਰਗੜਾ ਲੱਗੂਗਾ ਅੱਛਾ ਦੱਸੋ ਕਿ ਇੱਕ ਥੋੜ੍ਹਾ ਜਿਹਾ ਇਹ ਤੁਸੀਂ ਮੰਨਦੇ ਵੀ ਥੋੜ੍ਹਾ ਜਿਹਾ ਲੋਕ ਸਰਕਾਰੀ ਬੱਸਾਂ ਦੀ ਹਾਲਤ ਕਰਕੇ ਥੋੜ੍ਹਾ ਜਿਹਾ ਲੋਕ ਇਗਨੋਰ ਕਰਦੇ ਆ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦਿੰਦੇ ਆ ਇਹਦੇ ਵਿੱਚ ਤੁਸੀਂ ਕੋਈ ਵੀ ਲਾ ਲਓ ਚਾਹੇ ਫ੍ਰੀ ਸਫ਼ਰ ਕਰਨ ਵਾਲਾ ਉਹ ਫ੍ਰੀ ਸਫ਼ਰ ਕਰਨ ਵਾਲਾ ਵੀ ਕਹਿੰਦਾ ਲੈ ਮੈਂ ਚੰਗੀ ਬੱਸ ਦੇ ਵਿੱਚ ਬੈਠਾਂ ਮੇਰੇ ਕੱਪੜੇ ਨਾ ਪਟਣ ਪੁਰਾਣੀ ਗੱਡੀ ਹੋਵੇ ਤੁਸੀਂ ਨਵੀਂ ਸ਼ਰਟ ਪਾ ਕੇ ਆਉਣੇ ਆ ਨਾਲ ਫਸ ਕੇ ਪੜ ਜਾਂਦੀ ਆ ਤੁਸੀਂ ਕਹਿੰਦਾ ਯਾਰ ਦਫਾ ਕਰ ਇਹਦੇ ਵਿੱਚ ਨਹੀਂ ਪੈਣਾਗਾ ਅਸੀਂ 2 ਪੈਸੇ ਲਾ ਲਾਂਗੇ ਗੱਡੀ ਠੀਕ 'ਚ ਜਾਈ ਗੱਡੀ ਠੀਕ ਚਾਹੀਦੀ ਹੈ ਇਸ ਕਰਕੇ ਸਰਕਾਰ ਨਵੀਆਂ ਗੱਡੀਆਂ ਪਾਵੇ ਫੈਸਿਲਿਟੀ ਮਿਲੇ ਜਨਤਾ ਵੀ ਸੌਖੀ ਅਸੀਂ ਵੀ ਸੌਖੇ ਤੇ ਸਰਕਾਰ ਨੇ ਔਰਤਾਂ ਦਾ 50% ਕਿਰਾਇਆ ਜਿਹੜਾ ਇਹ ਬੱਸਾਂ ਦੇ ਵਿੱਚ ਘੱਟ ਕੀਤਾ ਹੈ ਜੀ ਇਹ ਫੈਸਲਾ ਹਾਲੇ ਤਰੀਕ ਸਰਕਾਰ ਨੇ ਦੱਸਣੀ ਹੈ ਕਿ ਕਦੋਂ ਤੋਂ ਲਾਗੂ ਹੋਏਗਾ ਪਰ ਲੋਕ ਇਸ ਬਾਰੇ ਕੀ ਸੋਚਦੇ ਆ ਲੋਕਾਂ ਨਾਲ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਸਰ ਕੀ ਨਾਮ ਹੈ ਤੁਹਾਡਾ ਸੰਤੋਖ ਸਿੰਘ ਸੰਤੋਖ ਜੀ ਤੁਸੀਂ ਦੱਸੋ ਸਰਕਾਰ ਨੇ 50% ਕਿਰਾਇਆ ਘਟਾਤਾ ਜੀ ਬੱਸਾਂ ਦੇ ਵਿੱਚ ਕਿੱਦਾਂ ਦੇਖਦੇ ਹੋ ਸਰਕਾਰ ਫੈਸਲਾ ਤਾਂ ਠੀਕ ਹੈਗਾ ਚੰਗਾ ਫੈਸਲਾ ਬਹੁਤ ਵਧੀਆ ਪਰ ਤੁਹਾਨੂੰ ਲੱਗਦਾ ਕਿ ਇਹ ਸਰਕਾਰੀ ਬੱਸਾਂ ਥੋੜਾ ਲੋਕ ਇਗਨੋਰ ਕਰਦੇ ਆ ਬੈਠਣ ਤੋਂ ਕਿ ਟੁੱਟੀਆਂ ਹੁੰਦੀਆਂ ਨੇ ਕੰਡੀਸ਼ਨ ਚੰਗੀ ਨਹੀਂ ਬੱਸਾਂ ਦੀ ਕੰਡੀਸ਼ਨ ਠੀਕ ਕੀਤੀ ਜਾਵੇ ਤੇ ਬੱਸਾਂ ਦੇ ਨਿੱਕੇ ਰੂਟਾਂ ਦੇ ਉੱਤੇ ਥੋੜੀ ਮਾਤਰਾ ਵਧਾਈ ਜਾਵੇ ਕੁਆਂਟੀ ਵਧਾਈ ਜਾਵੇ ਕਈਆਂ ਬੱਸ ਰੋਟਾਂ ਦੇ ਉੱਤੇ ਇਸ ਤਰ੍ਹਾਂ ਲਿੰਕ ਰੋਡ ਹੈਗੀ ਉਹਨਾਂ ਦੇ ਬੱਸਾਂ ਸਰਕਾਰੀ ਜਾਂਦੀ ਹੀ ਨਹੀਂ ਗਿਆ ਪ੍ਰਾਈਵੇਟ ਜ਼ਿਆਦਾ ਜਾਂਦੀਆਂ ਮਿਲਣੇ ਉੱਥੇ ਫਿਰ ਕੋਈ ਸਹੂਲਤ ਨਹੀਂ ਮਿਲੇਗੀ ਗਰੀਬ ਪਰਿਵਾਰ ਨਾਲ ਸੰਬੰਧ ਲੋਕ ਆ ਉਹਨਾਂ ਲਈ ਚੰਗਾ ਫੈਸਲਾ ਵਿਚਾਰੇ ਫੈਸਲਾ ਤਾਂ ਸਾਰਿਆਂ ਲਈ ਚੰਗਾ ਹੈਗਾ ਦੂਜੇ ਮੱਧ ਵਰਗ ਵੀ ਬੈਠੇਗਾ ਜੇ ਬੱਸ ਦੀ ਹਾਲਤ ਠੀਕ ਹੋਏਗੀ ਤੇ ਠੀਕ ਹੈਗਾ ਤੁਹਾਨੂੰ ਕੀ ਲੱਗਦਾ ਵੀ ਸਰਕਾਰੀ ਬੱਸਾਂ ਜਿਹੜੀਆਂ ਨਹੀਂ ਮਤਲਬ ਘਾਟੇ 'ਚ ਜਾ ਰਹੀਆਂ ਨੇ ਕੀ ਲੱਗਦਾ ਵੀ ਸਰਕਾਰ ਕਦਮ ਚੁੱਕ ਰਹੀ ਹੈ ਇਸ ਤਰ੍ਹਾਂ ਦੇ ਤਾਂ ਫਾਇਦਾ ਹੋਊਗਾ ਕੋਈ ਫਾਇਦਾ ਤਾਂ ਇੱਦਾਂ ਹੁੰਦਾ ਜੀ ਜੇ ਘੱਟ ਬੱਸਾਂ 'ਚ ਸਜਾਉਂਦੀਆਂ ਬਹਿੰਦੀਆਂ ਤੇ ਜੇ ਅੱਧੀਆਂ ਵੀ ਬਹਿਣ ਗਿਆ ਤਾਂ ਪੈਸਾ ਤਾਂ ਆਏਗਾ ਹੀ ਪੰਜਾਬ 'ਚ ਕਹਿੰਦੇ ਪ੍ਰਾਈਵੇਟ ਵਾਲਿਆਂ ਦਾ ਜ਼ਿਆਦਾ ਕਬਜ਼ਾ ਹੋ ਗਿਆ ਮਤਲਬ ਟਰਾਂਸਪੋਰਟ 'ਤੇ ਵੀ ਕਬਜ਼ਾ ਹੈਗਾ ਸਾਰੇ ਪ੍ਰਾਈਵੇਟ ਦਾ ਕਬਜ਼ਾ ਹਰਾ ਦੇ ਸਰਕਾਰੀ ਬੱਸਾਂ ਦੀ ਕੁਆਲਿਟੀ ਘੱਟ ਹੈਗੀ ਆ ਜਾਂ ਲਿੰਕ ਰੋਡਾਂ ਨੂੰ ਜਿਸ ਤਰ੍ਹਾਂ ਸਾਡੇ ਇੱਥੇ ਅਸੀਂ ਅੰਮ੍ਰਿਤਸਰ ਨੂੰ ਬਲੋਕ ਕਰਦੇ ਹਾਂ ਅਤੇ ਜਿਹੜੇ ਅੰਮ੍ਰਿਤਸਰ ਤੋਂ ਕਈ ਰੂਟ ਹੈਗੇ ਇਸ ਤਰ੍ਹਾਂ ਜਨਾਲਾ ਜਨੂਲਾ ਵਗੈਰਾ ਝਬਾਲ ਸਾਡੇ ਉੱਧਰ ਪੈਂਦੇ ਆ ਉੱਧਰ ਨੂੰ ਸਰਕਾਰੀ ਬੱਸ ਇੱਕ ਅੱਧੀ ਦਿਹਾੜੀ ਜਾਂਦੀ ਤਾਂ ਸਾਰੀ ਦਿਹਾੜੀ ਥੋੜ੍ਹਾ ਡੀਕਦੇ ਰਹਿਣਗੀਆਂ ਬੁੜੀਆਂ ਉੱਥੇ ਚੜੀਆਂ ਬੱਸਾਂ ਵਧਾਉਣੀਆਂ ਚਾਹੀਦੀਆਂ ਘੱਟੋ ਘੱਟ ਕਹੋਗੇ ਕਿੱਦਾਂ ਦਾ ਫੈਸਲਾ ਸਰਕਾਰ ਨੇ ਫੈਸਲਾ ਠੀਕ ਆ ਹਾਂਜੀ ਵਧੀਆ ਵਾ ਅਤੇ ਜਿਹੜੇ ਛੋਟੇ ਰੂਟ ਨੂੰ ਕਹਿਣ ਦੇ ਇਸਦਾ ਇਹਨਾਂ ਕਿਹਾ ਵਾ ਕਿ ਛੋਟੇ ਰੂਟ 'ਤੇ ਵਧਾਉਣੀਆਂ ਚਾਹੀਦੀਆਂ ਜਿੱਦਾਂ ਕਿ ਹੁਣ ਚੰਡੀਗੜ੍ਹ ਆਉਣਾ ਹੁੰਦਾ ਵਾ ਸਾਨੂੰ ਬੱਸ ਨਹੀਂ ਮਿਲਦੀ ਜਿੱਦਾਂ ਝਬਾਲ ਵਗੈਰਾ ਤੋਂ ਆਉਣਾ ਅਸੀਂ ਲੋਕਲ ਬੁਕਾਉਂ ਕਰਦੇ ਹਾਂ ਅੰਮ੍ਰਿਤਸਰ ਤੋਂ ਹੀ ਅਤੇ ਉਹ ਬੱਸ ਨਹੀਂ ਮਿਲਦੀ ਕਈ ਵਾਰੀ ਫਿਰ ਦਿੱਕਤ ਆਉਂਦੀ ਆ ਹਾਂ ਬਾਕੀ 2 ਘੰਟੇ ਕਿ ਡੀਕੇ ਕਹਿਣੀ ਫਿਰ ਸਿੱਧਾ ਇੱਥੋਂ ਅੰਮ੍ਰਿਤਸਰ ਜਾਣਾ ਪੈਂਦਾ ਵਾ ਫਿਰ ਆਪਣੇ ਵਹੀਕਲ ਲਿਆਉਣਾ ਪੈਂਦਾ ਵਾ ਜੇ ਮੰਨ ਲਓ ਉੱਥੋਂ ਹੀ ਮਿਲ ਜੇ ਬੱਸ ਲੋਕਲ ਟਾਊਨ ਤੋਂ ਹੀ ਤਾਂ ਉਹਦਾ ਜ਼ਿਆਦਾ ਫਾਇਦਾ ਵਾ ਹਾਂਜੀ ਬੱਸਾਂ ਬੱਸਾਂ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਨੂੰ ਹਾਲਤ ਵੀ ਸੁਧਾਰਨੀ ਚਾਹੀਦੀ ਹੈ ਬੱਸਾਂ ਕਿਉਂਕਿ ਲੋਕ ਬੈਠਦੇ ਨਹੀਂ ਕਈ ਵਾਰੀ ਹਾਂਜੀ ਹਾਲਤ ਸੁਧਾਰਨੀ ਚਾਹੀਦੀ ਆ ਫੈਸਿਲਿਟੀਆਂ ਵਗੈਰਾ ਜ਼ਿਆਦਾ ਦੇਣੀਆਂ ਚਾਹੀਦੀਆਂ ਮਤਲਬ ਕਿ ਕੁਆਲਿਟੀ ਵਧਾਉਣੀ ਚਾਹੀਦੀ ਆ ਬੱਸਾਂ ਦੀ ਹਾਂ ਗਿਣਤੀ ਵਧਾਉਣੀ ਚਾਹੀਦੀ ਹਾਂਜੀ ਪੰਜਾਬ ਦੇ ਵਿੱਚ ਪ੍ਰਾਈਵੇਟ ਬੱਸਾਂ ਜ਼ਿਆਦਾ ਹੋ ਗਈਆਂ ਸਰਕਾਰ
ਬੱਸਾਂ ਦੀ ਹਾਲਤ ਕਿੱਦਾਂ ਦੀ ਹੈ ਸਰਕਾਰੀ? ਬੱਸਾਂ ਦੀ ਹਾਲਤ ਠੀਕ ਹੀ ਹੈ ਜੀ। ਹਾਂ, ਬੱਸਾਂ ਸਾਫ਼ ਸੁਧਾਰਨੀਆਂ ਚਾਹੀਦੀਆਂ ਹੋਰ ਸਰਕਾਰ ਨੂੰ? ਹਾਂ, ਸੁਧਾਰਨੀਆਂ ਚਾਹੀਦੀਆਂ। ਬਾਕੀ ਵਾਲੇ ਦੀਆਂ, ਬਾਕੀ ਡੀਪੂਆਂ ਦੀਆਂ ਬੱਸਾਂ ਹਰਿਆਣੇ ਦੀਆਂ, ਹਿਮਾਚਲ ਦੀਆਂ, ਹਿਮਾਚਲ ਹਰਿਆਣੇ ਦੀਆਂ ਟੋਪ ਦੀਆਂ ਬੱਸਾਂ ਹੈ, ਇਹਨਾਂ ਦੀਆਂ ਬਾਡੀਆਂ ਪਈਆਂ ਟੇਢੀਆਂ। ਐਂ ਸੀਨੀਅਰ ਸਿਟੀਜ਼ਨ ਦਾ ਕਿਰਾਇਆ ਘਟਣਾ ਚਾਹੀਦਾ। ਹਾਂ ਬਿਲਕੁਲ ਘਟਣਾ ਚਾਹੀਦਾ। ਏਜਡ ਪਾਸਰ ਵਿੱਚ ਉਹਨਾਂ ਦੇ ਸੋਰਸ ਆਫ ਇਨਕਮ ਘੱਟ ਹੁੰਦੇ ਆ, ਇਸ ਕਰਕੇ ਕਿਰਾਇਆ ਘਟਣਾ ਚਾਹੀਦਾ। ਹਾਂਜੀ, ਸਾਡਾ ਵੀ ਘਟਾਇਆ, ਸੀਨੀਅਰ ਸਿਟੀਜ਼ਨ ਵੀ ਘਟਾਉਣਾ ਚਾਹੀਦਾ। ਲੇਡੀਜ਼ ਘਟਾਇਆ ਤਾਂ ਸਾਡਾ ਵੀ ਘਟਾਉਣਾ ਚਾਹੀਦਾ। ਸੀਨੀਅਰ ਸਿਟੀਜ਼ਨ ਬੱਸਾਂ ਬਿਲਕੁਲ ਖਰਾਬ ਆ। ਹਾਂਜੀ, ਹਾਂ ਨਵੀਆਂ, ਬਿਲਕੁਲ ਨਵੀਆਂ ਬੱਸਾਂ ਪੈਣੀਆਂ ਚਾਹੀਦੀਆਂ। ਅਤੇ ਪੰਜਾਬ ਸਰਕਾਰ ਨੇ ਕਿਰਾਏ ਦੇ ਵਿੱਚ 50% ਦੀ ਜਿਹੜੀ ਹੈ ਕਟੌਤੀ ਕੀਤੀ ਹੈ ਬੀਬੀਆਂ ਦੇ ਲਈ। ਕੁਝ ਔਰਤਾਂ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਮੈਮ ਕੀ ਨਾਮ ਹੈ ਜੀ ਤੁਹਾਡਾ? ਰਵਿੰਦਰ ਚੱਡਾ। ਤੁਸੀਂ ਦੱਸੋ ਜੀ, ਮੈਂ ਸਰਕਾਰ ਨੇ ਜਿਹੜਾ ਫੈਸਲਾ ਕੀਤਾ 50% ਕਿਰਾਇਆ ਘਟਾਇਆ, ਕਿੱਦਾਂ ਦਾ ਫੈਸਲਾ ਹੈ? ਫੈਸਲਾ ਬਹੁਤ ਹੀ ਅੱਛਾ ਹੈਗਾ ਜੀ, ਕਿਉਂਕਿ ਮਤਲਬ ਔਰਤਾਂ ਵੀ ਮਤਲਬ ਕੁਛ ਤੋਂ ਡਿਪੈਂਡੈਂਟ ਨੇ, ਕੁਛ ਮਤਲਬ ਚਾਹੁੰਦੀਆਂ ਹੈਗੀਆਂ ਨੇ, ਇੰਡੀਪੈਂਡੈਂਟ ਨੇ। ਬਟ ਇਹ ਸਾਰਿਆਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਗੱਲ ਹੈ, ਕਿਉਂਕਿ ਦਿੱਲੀ ਦੇ ਅੰਦਰ ਅਗਰ ਪੂਰਾ ਮਾਫ਼ ਕੀਤਾ ਹੈ ਤਾਂ ਪੰਜਾਬ ਸਰਕਾਰ ਨੇ ਅਗਰ ਇਨੀਸ਼ੀਏਟਿਵ ਲਿੱਤਾ ਕਿ ਉਹ ਮਤਲਬ ਅੱਧਾ ਮਾਫ਼ ਕਰਨਗੇ ਤਾਂ ਬਹੁਤ ਹੀ ਅੱਛੀ ਗੱਲ ਕੀਤੀ ਹੈ। ਛੇਤੀ ਲਾਗੂ ਹੋਣਾ ਚਾਹੀਦਾ, ਬਹੁਤ ਜਲਦੀ ਹੋਣਾ ਚਾਹੀਦਾ ਜੀ, ਜੋ ਕਿ ਹੈ ਉਹ ਇੱਕਦਮ ਲਾਗੂ ਵੀ ਹੋਣਾ ਚਾਹੀਦਾ ਨਾਲ ਦੀ ਨਾਲ ਇਹ। ਠੀਕ, ਤੁਸੀਂ ਕੀ ਕਹੋਗੇ ਜੀ, ਸਰਕਾਰ ਨੇ 50% ਕਰਾਇਆ ਮਾਫ਼ ਛੇਤੀ ਕਰਨਾ ਚਾਹੀਦਾ ਜੀ, ਜਿੰਨੀ ਛੇਤੀ ਹੋ ਜਾਵੇ ਜੀ, ਗਰੀਬ ਲੋਕਾਂ ਨੂੰ ਫਾਇਦਾ ਹੋਊਗਾ ਜੀ, ਗਰੀਬ ਲੋਕਾਂ ਨੂੰ ਫਾਇਦਾ ਹੋਊਗਾ ਜੀ। ਛੇਤੀ ਲਾਗੂ ਕਰਨਾ ਚਾਹੀਦਾ? ਹਾਂਜੀ, ਛੇਤੀ ਕਰਨਾ ਚਾਹੀਦਾ। ਠੀਕ ਫੈਸਲਾ ਸਰਕਾਰ ਦਾ? ਹਾਂਜੀ ਹਾਂਜੀ, ਠੀਕ ਹੈ ਜੀ, ਜੇ ਇਸ ਤਰ੍ਹਾਂ ਹੋ ਜਾਵੇ। ਉਹਨਾਂ ਦਾ ਵੀ ਛੇਤੀ ਸਰਕਾਰ ਨੂੰ ਹੁਣੇ ਸ਼ੁਰੂ ਕਰਨਾ, ਸਰਕਾਰ ਸਾਡਾ ਕੰਮ ਲੋਟ ਕਰ ਦੇਵੇ, ਅਸੀਂ ਤਾਂ ਆਪ ਗਰੀਬ ਬੰਦੇ ਹੈ। ਅੱਛਾ, ਦੱਸੋ ਬੱਸਾਂ ਠੀਕ ਹੁੰਦੀਆਂ ਸਰਕਾਰੀ ਅੰਦਰੋਂ? ਕਹਿੰਦੇ ਬੱਸਾਂ ਦੀ ਹਾਲਤ ਠੀਕ ਨਹੀਂ ਹੁੰਦੀ, ਵਿੱਚ ਵਿੱਚ ਠੀਕ ਵੀ ਹੁੰਦੀਆਂ ਜੀ, ਵਿੱਚ ਖਰਾਬ ਵੀ ਹੁੰਦੀਆਂ ਹੈ। ਹਾਂਜੀ, ਵਿੱਚ ਬਹੁਤੀਆਂ ਠੀਕ ਵੀ ਹੈਗੀਆਂ। ਘੱਟ ਬੈਠ ਗਏ ਸਰਕਾਰੀ ਬੱਸਾਂ 'ਚ ਨਾ? ਘੱਟ ਲੋਕ ਮਤਲਬ ਪ੍ਰਾਈਵੇਟ ਨੂੰ ਜ਼ਿਆਦਾ ਪ੍ਰੈਫਰ ਕਰਦੇ ਹੈਗੇ ਨੇ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਪ੍ਰਾਈਵੇਟ ਬੱਸਾਂ ਦੇ ਅੰਦਰ ਸੀਟਾਂ ਵੀ ਬਹੁਤ ਅੱਛੀਆਂ ਨੇ, ਜਦਕਿ ਪੰਜਾਬ ਦੀਆਂ ਜਿਹੜੀਆਂ ਬੱਸਾਂ ਨੇ ਇਹਨਾਂ ਦੀ ਰਿਪੇਅਰਿੰਗ ਦੀ ਵੀ ਥੋੜ੍ਹੀ ਜਿਹੀ ਜ਼ਰੂਰਤ ਹੈ, ਔਰ ਬਾਕੀ ਦੀਆਂ ਫੈਸਿਲਿਟੀਜ਼ ਵੀ ਦੇਣ ਦੀ ਲੋੜ ਹੈਗੀ ਹੈ, ਵਧਾਉਣੀਆਂ ਚਾਹੀਦੇ ਨੇ। ਹਾਂਜੀ, ਬਹੁਤ ਧੰਨਵਾਦ, ਤੁਸੀਂ ਗੱਲਬਾਤ ਕਰੀ ਸਾਡੇ ਨਾਲ। ਸੋ ਲੇਡੀਜ਼ ਦਾ ਹੀ ਕਹਿਣਾ ਹੈ ਜੀ ਕਿ ਸਹੂਲਤ ਜਿਹੜੀ ਹੈ ਵਧਾਈ ਜਾਣੀ ਚਾਹੀਦੀ ਹੈ, ਸਰਕਾਰੀ ਬੱਸਾਂ ਦੀ ਗਿਣਤੀ ਵਧਣੀ ਚਾਹੀਦੀ ਹੈ, ਉੱਥੇ ਹੀ ਬੱਸਾਂ ਦੇ ਅੰਦਰ ਜਿਹੜੇ ਹਾਲਾਤ ਨੇ ਉਹ ਵੀ ਜਿਹੜੇ ਨੇ ਉਹ ਬਿਹਤਰ ਹੋਣੇ ਚਾਹੀਦੇ ਨੇ। ਕੁਝ ਹੋਰ ਬੀਬੀਆਂ ਨਾਲ ਗੱਲਬਾਤ ਕਰਾਂਗੇ। ਅਤੇ ਲਗਾਤਾਰ ਮੁਲਾਜ਼ਮਾਂ ਦੇ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਉਸ ਦੇ ਨਾਲ ਉਹ ਕਿੰਨੇ ਕੁ ਸਹਿਮਤ ਨੇ, ਅਤੇ ਹੋਰ ਮਹਿਕਮੇ ਦੇ ਵਿੱਚ ਕੀ ਕੁਝ ਸੁਧਾਰ ਜਿਹੜੇ ਨੇ ਉਹ ਚਾਹੁੰਦੇ ਨੇ? ਸਾਡੇ ਨਾਲ ਇੱਥੇ ਭਾਈ ਸਾਹਿਬ ਮੌਜੂਦ ਨੇ। ਭਾਅ ਜੀ, ਕੀ ਨਾਂ ਤੁਹਾਡਾ? ਖੜਕ ਸਿੰਘ ਜੀ। ਖੜਕ ਸਿੰਘ ਜੀ, ਤੁਸੀਂ ਦੱਸੋ ਕਿ ਜਿਹੜਾ ਸਰਕਾਰ ਨੇ ਫੈਸਲਾ ਲਿਆ ਹੈ ਬੀਬੀਆਂ ਦਾ ਕਿਰਾਇਆ ਜਿਹੜਾ 50% ਕੀਤਾ ਹੈ, ਕਿੱਦਾਂ ਤੁਸੀਂ ਇਸ ਫੈਸਲੇ ਨੂੰ ਦੇਖਦੇ ਹੋ? ਇਹ ਫੈਸਲਾ ਬਹੁਤ ਵਧੀਆ ਜੀ, ਇਹਦੇ ਨਾਲ ਸਰਕਾਰ ਨੂੰ ਬੈਨੀਫਿਟ ਹੋਊਗਾ ਕਿ ਜਿਹੜੀ ਸਵਾਰੀ ਲੇਡੀ ਸਵਾਰੀ ਨੂੰ ਜਿੰਨੇ ਵੀ ਟੀਚਰ ਨੇ ਉਹ 10-20 ਰੁਪਏ ਪਿੱਛੇ ਪ੍ਰਾਈਵੇਟ ਗੱਡੀਆਂ 'ਚ ਸਫ਼ਰ ਕਰਦੇ ਨੇ, ਅਤੇ ਕਿੰਨੇ ਵਾਰ ਐਕਸੀਡੈਂਟ ਹੋਏ ਨੇ ਪ੍ਰਾਈਵੇਟਾਂ ਦੇ, ਕਿੰਨੇ ਟੀਚਰਾਂ ਦੀ ਡੈਥ ਹੋਈ ਹੈ, ਉਹ ਕਿਉਂ ਇਹ ਸਿਰਫ 10-20 ਰੁਪਏ ਪਿੱਛੇ ਬਈ ਪੈਸੇ ਬਚਾਉਣ ਦੇ ਲਾਲਚ ਨਾਲ ਉਹ ਟੀਚਰ ਚੜ੍ਹਦੇ ਸੀਗੇ, ਅਤੇ ਜੇ ਹੁਣ ਸਰਕਾਰ ਨੇ ਵਧੀਆ ਫੈਸਲਾ ਲਿਆ ਹੈ, ਇਹ ਬਹੁਤ ਵਧੀਆ ਹੈ ਬਈ ਜਿਹੜੀ ਜਿੰਨੀ ਵੀ ਸਵਾਰੀ ਆ ਉਹ ਰੋਡਵੇਜ਼ ਨੂੰ ਤਰਜੀਹ ਦਊਗੀ। ਹਾਂਜੀ, ਅਤੇ ਪਰ ਸਰਕਾਰ ਨੂੰ ਵੀ ਚਾਹੀਦਾ ਵੀ ਗੱਡੀਆਂ ਨਵੀਆਂ ਪਾਵੇ ਅਤੇ ਗੱਡੀਆਂ। ਅਸੀਂ ਕੁਛ ਲੋਕਾਂ ਨਾਲ ਗੱਲ ਕਰੀਏ, ਲੋਕਾਂ ਨੂੰ ਥੋੜ੍ਹੀ ਜਿਹੀ ਅਸਹਿਮਤੀ ਲੋਕ ਇਸ ਗੱਲ ਨਾਲ ਸੀਗੀ, ਲੋਕਾਂ ਨੇ ਥੋੜ੍ਹੀ ਬੱਸਾਂ ਦੀ ਹਾਲਤ ਜਿਹੜੀ ਹੈ ਠੀਕ ਹੋਣੀ ਚਾਹੀਦੀ ਹੈ। ਹਾਂਜੀ, ਰੋਡਵੇਜ਼ ਦੇ ਵਿੱਚ ਖਸਤਾ ਹਾਲਤ ਆ ਜੀ ਗੱਡੀਆਂ ਦੀ, PRTC ਵਿੱਚ ਵੀ ਬਹੁਤ ਗੱਡੀਆਂ ਪੁਰਾਣੀਆਂ ਚੱਲ ਰਹੀਆਂ ਨੇ, ਕਿਉਂਕਿ ਸਰਕਾਰ ਨੇ ਜਿਹੜਾ ਬਕਾਇਆ ਜਿਹੜੇ ਜੋ ਵੀ ਸਰਕਾਰ ਸਹੂਲਤ ਦਿੰਦੀ ਹੈ ਉਹਦਾ ਪ੍ਰੋਪਰ ਨਾਲ ਦੀ ਨਾਲ ਪੈਸੇ ਸਰਕਾਰ ਨੂੰ ਡਿਪਾਰਟਮੈਂਟ ਨੂੰ ਦੇਣੇ ਚਾਹੀਦੇ ਨੇ, ਅਤੇ ਜੇ ਡਿਪਾਰਟਮੈਂਟ ਨੂੰ ਪੈਸੇ ਮਿਲਣਗੇ ਤਾਂ ਹੀ ਡਿਪਾਰਟਮੈਂਟ ਨਵੀਆਂ ਗੱਡੀਆਂ ਪਾਊਗਾ, ਨਵੀਆਂ ਗੱਡੀਆਂ ਪਾਊਗਾ। ਟਾਈਮ ਹੁੰਦਾ ਕਿਉਂਕਿ ਇਹ ਤੋਂ ਪਹਿਲਾਂ ਪੁਰਾਣੀ ਕਹਿੰਦੇ ਤੀਰਥ ਯਾਤਰਾ ਵੀ ਜਦੋਂ ਚਲਾਈ ਸੀ ਪਿਛਲੀ ਸਰਕਾਰ ਨੇ ਉਹਦੇ ਵੀ ਫੈਸਲੇ ਹਜੇ ਕਹਿੰਦੇ ਪੈਸੇ ਪੈਂਡਿੰਗ ਪਏ ਆ। ਹਾਂਜੀ, ਉਹਦੇ ਵੀ 1 ਕਰੋੜ ਰੁਪਈਆ ਸਰਕਾਰ ਵੱਲ ਫਸਿਆ ਪਿਆ, ਅਤੇ ਉਹ ਵੀ ਸਰਕਾਰ ਨੂੰ ਦੇਣੇ ਚਾਹੀਦੇ ਨੇ ਉਹ, ਅਤੇ ਸਰਕਾਰ ਪੈਸੇ ਦਊਗੀ ਤਾਂ ਡਿਪਾਰਟਮੈਂਟ ਗੱਡੀਆਂ ਨਵੀਆਂ ਪਾਊਗਾ, ਅਤੇ ਰੋਡਵੇਜ਼ ਦੇ ਵਿੱਚ ਬਹੁਤ ਖਸਤਾ ਹਾਲਤ ਆ ਗੱਡੀਆਂ ਦੀ, ਸਵਾਰੀ ਚੜ੍ਹਦੀ ਹੈ ਵੀ ਰੋਡ ਵਿੱਚ ਜਾਵਾਂ ਪਰ ਗੱਡੀ ਦੀ ਹਾਲਤ ਦੇਖ ਕੇ ਸਵਾਰੀ ਨਹੀਂ ਚੜ੍ਹਦੀ। ਇੱਕ ਪਰਮਿਟ ਦਾ ਦੱਸੋ ਕਿ ਪਰਮਿਟ ਦਾ ਕੀ ਰੌਲਾ ਰਹਿੰਦਾ, ਇੱਕ ਕਿ ਵੀ ਹੁੰਦਾ ਵੀ ਟਾਈਮ ਜਿਹੜਾ ਹੈ ਉਹ ਹਲੇ ਵੀ ਪ੍ਰਾਈਵੇਟ ਬੱਸਾਂ ਜ਼ਿਆਦਾ ਟਾਈਮ ਚੱਕ ਰਹੀਆਂ, ਸਰਕਾਰੀ ਨੂੰ ਟਾਈਮ ਘੱਟ ਮਿਲਦਾ ਕਿਤੇ? ਸਰਕਾਰੀ ਗੱਡੀ ਨੂੰ 3-3 ਮਿੰਟ ਨੇ, ਪ੍ਰਾਈਵੇਟ ਨੂੰ 8-9 ਮਿੰਟ ਨੇ, ਇਹਦਾ ਇੰਨਾ ਰੌਲਾ ਪੈ ਰਿਹਾ ਹਾਈ ਕੋਰਟ ਦਾ, ਸੁਪਰੀਮ ਕੋਰਟ ਦੇ ਫੈਸਲੇ ਆਉਣ ਦੇ ਬਾਵਜੂਦ ਵੀ ਇਹਦੇ 'ਤੇ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ। ਪਰਮਿਟ ਇੱਕ ਪਰਮਿਟ ਦੇ 3-3 ਗੱਡੀਆਂ ਚੱਲ ਰਹੀਆਂ ਨੇ, ਪਰਮਿਟ ਪਿੰਡਾਂ ਦੇ ਨੇ, ਗੱਡੀਆਂ GT ਰੋਡ 'ਤੇ ਚੱਲ ਰਹੀਆਂ ਨੇ, ਪਿੰਡਾਂ ਦੇ ਪਰਮਿਟ ਲੈ ਕੇ GT ਰੋਡ 'ਤੇ ਬੱਸਾਂ ਚੱਲਦੀਆਂ ਨੇ, ਅਤੇ ਇਹ ਤਾਂ ਪਹਿਲੇ ਪਿਛਲੀ ਸਰਕਾਰ 'ਚ ਵੀ ਇਲਜ਼ਾਮ ਲਾਦੇ ਸੀ, ਹੁਣ ਕੋਈ ਕੈਪਟਨ ਸਾਹਿਬ ਨੇ ਆ ਕੇ ਕੋਈ ਬਦਲਿਆ ਨਹੀਂ ਲੱਗਦਾ ਨਹੀਂ ਕੁਛ ਬਦਲਿਆ? ਕੈਪਟਨ ਸਾਹਿਬ ਨੇ ਉਕਣ ਵੱਧ ਚੱਲ ਰਹੀਆਂ ਨੇ, ਵੱਧ ਚੱਲ ਰਹੀਆਂ ਪ੍ਰਾਈਵੇਟ ਗੱਡੀਆਂ, ਇਹ ਇੱਧਰ ਸਰਕਾਰ ਦੀਆਂ ਗੱਡੀਆਂ ਘੱਟ ਨੇ, ਜੇ ਸਰਕਾਰੀ ਗੱਡੀਆਂ ਵੱਧ ਹੋਣ ਲੋਕ ਸਰਕਾਰ ਦੀਆਂ ਗੱਡੀਆਂ ਚੜ੍ਹਨਗੇ। ਹੁਣ ਕੈਪਟਨ ਸਾਹਿਬ ਨੇ ਵਧੀਆ
ਉਹਦੇ ਨਾਲ ਸਰਕਾਰ ਦਾ ਖਜ਼ਾਨਾ ਵੀ ਭਰੂਗਾ ਖਜ਼ਾਨਾ ਭਰੂਗਾ ਸਵਾਰੀ ਆਪਣੇ ਆਪ ਡਿਪਾਰਟਮੈਂਟ ਨੂੰ ਫਾਇਦਾ ਹੋਊਗਾ ਜਾਂ ਸਵਾਰੀ ਵੱਧ ਹੋਊਗੀ ਨਹੀਂ ਉਹ ਉਹੀ ਸਵਾਰੀਆਂ ਪ੍ਰਾਈਵੇਟ ਜਾਂਦੀਆਂ ਸੀਗੀਆਂ ਪ੍ਰਾਈਵੇਟ ਨੂੰ ਬੈਨੀਫਿਟ ਹੁੰਦਾ ਸੀ 10-20 ਰੁਪਏ ਪਿੱਛੇ ਜੇ ਹੁਣ 50% ਦਾ ਡਿਸਕਾਊਂਟ ਮਿਲੂਗਾ ਸਵਾਰੀ ਨੂੰ ਉਹ ਆਪੇ ਰੋਡ 'ਤੇ ਚੜੂਗੀ ਬੱਸਾਂ ਥੋੜ੍ਹੀਆਂ ਸੁਧਾਰ ਲੈਣੀਆਂ ਚਾਹੀਦੀਆਂ ਬੱਸਾਂ ਸੁਧਾਰਨੀਆਂ ਚਾਹੀਦੀਆਂ ਨੇ ਬੱਸਾਂ ਨਾਲ ਵਧੀਆ ਕੰਮ ਹੋਣਾ ਚਾਹੀਦਾ ਨਵੀਆਂ ਗੱਡੀਆਂ ਪੈਣੀਆਂ ਚਾਹੀਦੀਆਂ ਨੇ ਗੱਡੀਆਂ ਦੀ ਬਹੁਤ ਘਾਟ ਹੈ ਅਤੇ ਡਰਾਈਵਰ ਕਨੈਕਟਰ ਬਹੁਤ ਘੱਟ ਨੇ ਸਟਾਫ ਬਹੁਤ ਜ਼ਿਆਦਾ ਘੱਟ ਹੈ ਜਿਹੜੇ ਸਟਾਫ ਕੱਢਿਆ ਗਿਆ ਸੀ ਉਹਨੂੰ ਰੱਖਣਾ ਚਾਹੀਦਾ ਮਾੜੀ 10 ਰੁਪਏ ਪਿੱਛੇ ਤਾਂ ਇੱਕ ਦੇਖਿਆ ਸੀ ਡਰਾਈਵਰਾਂ ਕੰਡਕਟਰਾਂ ਨੇ ਹੜਤਾਲ ਕੀਤੀ ਸੀ ਉਹ ਠੇਕੇ 'ਤੇ ਭਰਤੀ ਕੀਤੇ ਹੋਏ ਸੀ ਉਹ ਕਹਿੰਦੇ ਸੀ ਕਿ ਸਾਨੂੰ ਪੱਕਾ ਕੀਤਾ ਜਾ ਹਾਂਜੀ ਉਹ ਹੜਤਾਲ ਕੀਤੀ ਇਹਨਾਂ ਨੇ ਡਿਪਾਰਟਮੈਂਟ ਨੇ 700 ਬੰਦਾ ਕੱਢਤਾ ਹਾਂ ਉਹਨਾਂ ਦੀ ਸੁਣਵਾਈ ਨਹੀਂ ਹੋਈ ਜਮਾਂ ਹੀ ਹੁਣ ਹਾਈਕੋਰਟ ਮਾਨਯੋਗ ਹਾਈਕੋਰਟ ਨੇ ਜਿਹਨੇ ਉਹਨਾਂ ਨੂੰ ਬਹਾਲ ਕੀਤਾ ਅਤੇ ਇਹਨਾਂ ਨੇ ਉਹਨਾਂ ਨੂੰ ਹਾਲ ਤੱਕ ਲਿਆ ਨਹੀਂ ਗਾ ਜਾ ਕੇ ਸੁਪਰੀਮ ਕੋਰਟ ਜਾ ਵੜੇ ਇਸ ਮੁਲਾਜ਼ਮਾਂ ਬਾਰੇ ਦੱਸੋ ਮੁਲਾਜ਼ਮਾਂ ਨੂੰ ਕੀ ਕੁਝ ਦਿੱਕਤਾਂ ਪੇਸ਼ ਆ ਰਹੀਆਂ ਨੇ ਸਰਕਾਰ ਸਬਸਿਡੀ ਤਾਂ ਦੇਈ ਜਾ ਰਹੀ ਹੈ ਉਹਨਾਂ ਨੂੰ ਕੀ ਦਿੱਕਤਾਂ ਨੇ ਮੁਲਾਜ਼ਮਾਂ ਨੂੰ ਬਹੁਤ ਦਿੱਕਤਾਂ ਨੇ ਜੀ 10-12 ਹਜ਼ਾਰ ਰੁਪਏ ਨਾਲ ਘਰ ਦਾ ਗੁਜ਼ਾਰਾ ਥੋੜ੍ਹਾ ਚੱਲਦਾ ਜੀ ਇਹਨਾਂ ਨੂੰ ਪੱਕੇ ਕਰਨ ਨਾਲ ਵੀ ਸਰਕਾਰ ਨੂੰ ਫਾਇਦਾ ਹੀ ਹੋਣਾ ਜੇ ਸਰਕਾਰ ਇਹਨਾਂ ਨੂੰ ਪੱਕੇ ਕਰਦੀ ਆ ਜਿਹੜਾ 17% ਇਹਨਾਂ ਦਾ ਜਮ੍ਹਾਂ ਹੋਣਾ ਉਹ ਬਚਦਾ ਸਰਕਾਰ ਨੂੰ ਹੁਣ ਇਹ ਜਿਹੜੇ ਠੇਕੇਦਾਰ ਲੁੱਟ ਮਚਾ ਰਹੇ ਨੇ ਠੇਕੇਦਾਰ ਇਹਨਾਂ ਨੂੰ ਦਿੰਦੇ ਕੱਖ ਨਹੀਂ ਗੇ ਸਰਕਾਰ ਤੋਂ ਲਈ ਜਾਂਦੇ ਨੇ ਠੇਕੇਦਾਰ ਵਿੱਚੋਂ ਠੇਕਾ ਖਾਈ ਜਾਂਦਾ ਇਹਨਾਂ ਨੂੰ ਪੱਕੇ ਕੀਤਾ ਜਾਵੇ ਹੁਣ ਕਿੰਨੀ ਕੁ ਤਨਖਾਹ ਦਿੰਦੇ ਨੇ 10-12 ਹਜ਼ਾਰ ਰੁਪਇਆ ਤਨਖਾਹ ਕਿ 11 ਹੁੰਦਾ ਕਿਤੇ ਇਹਨਾਂ ਨੂੰ ਪੱਕੀ ਤਨਖਾਹ ਉਸ ਤੋਂ ਇਲਾਵਾ ਹੋਰ ਕੋਈ ਫੈਸਿਲਿਟੀ ਨਹੀਂ ਨਾ ਕੋਈ ਨਹੀਂ ਓਵਰਟਾਈਮ ਮਾੜਾ ਮੋਟਾ ਲਾਉਂਦੇ ਨੇ ਵੀ ਵੱਧ ਡਿਊਟੀ ਕਰਦੇ ਨੇ 12-12 ਘੰਟੇ ਡਿਊਟੀ ਕਰਦੇ ਨੇ ਤਾਂ ਉਹ ਵੀ ਥੋੜ੍ਹਾ ਜਿਹਾ 100-100 ਰੁਪਏ ਘੰਟਾ ਓਵਰਟਾਈਮ ਆ ਮੁਲਾਜ਼ਮਾਂ ਨੂੰ ਫੈਸਿਲਿਟੀ ਹੈ ਨਹੀਂ ਮਤਲਬ ਬਹੁਤ ਘੱਟ ਆ ਕੋਈ ਫੈਸਿਲਿਟੀ ਨਹੀਂ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਨੈਟ ਪਾਉਂਦੀਆਂ ਨੈਟ ਪਾਉਂਦੇ ਨੇ ਬਾਹਰ ਕਿਤੇ ਗੱਡੀ ਦੇ ਵਿੱਚ ਪੈਣ ਨੂੰ ਜਗ੍ਹਾ ਨਹੀਂ ਹੈਗੀ ਕਿਤੇ ਕੋਈ ਹੈ ਨਹੀਂ ਗਾ ਕੁਛ ਵੀ ਸੀਟਾਂ ਦੇ ਪੈਂਦੇ ਨੇ ਵਿਚਾਰੇ ਕਿ ਡਿਊਟੀ ਕਰਨੀ ਆ 100-50 ਸਵਾਰੀਆਂ ਦੀ ਜਾਨ ਇਹਨਾਂ ਦੇ ਸਿਰ 'ਤੇ ਆ ਡਰਾਈਵਰ ਦੇ ਸਿਰ 'ਤੇ ਜੇ ਉਹ ਫਰੈਸ਼ ਹੋਊਗਾ ਤਾਂ ਉਹ ਗੱਡੀ ਸਹੀ ਚਲਾਊਗਾ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲ ਕਰੀ ਜੀ ਸੋ ਬਹੁਤ ਸਾਰੇ ਮਹਿਕਮੇ ਦੇ ਨਾਲ ਇਸ਼ੂ ਜਿਹੜੇ ਹੈਗੇ ਨੇ ਸਮੱਸਿਆਵਾਂ ਮਹਿਕਮੇ ਦੇ ਵਿੱਚ ਹੈਗੀਆਂ ਨੇ ਜਿਹਨੂੰ ਮੁਲਾਜ਼ਮ ਚਾਹੁੰਦੇ ਨੇ ਕਿ ਸਰਕਾਰ ਨੇ ਇਹ ਫੈਸਲਾ ਚੰਗਾ ਕੀਤਾ ਹੈ ਪਰ ਜੇ ਮਹਿਕਮਾ ਨੂੰ ਹੋਰ ਬਿਹਤਰ ਕਰਨਾ ਹੈ ਟਰਾਂਸਪੋਰਟ ਮਹਿਕਮੇ ਨੂੰ ਹੋਰ ਬਿਹਤਰ ਕਰਨਾ ਹੈ ਤਾਂ ਬੱਸਾਂ ਦੀ ਹਾਲਤ ਸੁਧਾਰਨੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਹੋਰ ਜਿਹੜੀਆਂ ਨਵੀਆਂ ਬੱਸਾਂ ਨੇ ਉਹ ਪਾਈਆਂ ਜਾਣੀਆਂ ਚਾਹੀਦੀਆਂ ਤਾਂ ਜੋ ਵੱਧ ਤੋਂ ਵੱਧ ਸਵਾਰੀ ਜਿਹੜੀ ਹੈ ਉਹ ਸਰਕਾਰੀ ਬੱਸਾਂ ਦੇ ਵਿੱਚ ਬੈਠੇ ਅਤੇ ਨਾਲ ਦੀ ਨਾਲ ਜੋ ਨਿੱਜੀ ਇਜਾਰੇਦਾਰੀ ਇਸ ਖੇਤਰ ਦੇ ਵਿੱਚ ਫੈਲੀ ਹੋਈ ਹੈ ਟਰਾਂਸਪੋਰਟ ਦੇ ਵਿੱਚ ਉਹ ਵੀ ਖਤਮ ਹੋਣੀ ਚਾਹੀਦੀ ਹੈ ਅਤੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ ਪੰਜਾਬ ਬੋਲਦਾ ਲਗਾਤਾਰ ਜਾਰੀ ਰਹੇਗਾ ਅਤੇ ਪੰਜਾਬ ਸਰਕਾਰ ਨੇ ਔਰਤਾਂ ਦੇ ਲਈ 50% ਕਿਰਾਇਆ ਘਟਾਇਆ ਹੈ ਜੀ ਬੱਸਾਂ ਦੇ ਵਿੱਚ ਸਰਕਾਰੀ ਪਰ ਇਸ ਦੇ ਨਾਲ ਨਾਲ ਜੋ ਮਹਿਕਮੇ ਦੇ ਨਾਲ ਸੰਬੰਧਿਤ ਲੋਕ ਨੇ ਜੋ ਮੁਲਾਜ਼ਮ ਨੇ ਉਹ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਅਸੀਂ ਲਗਾਤਾਰ ਸਰਕਾਰ ਦੇ ਇਸ ਫੈਸਲੇ ਬਾਰੇ ਵੀ ਲੋਕਾਂ ਤੋਂ ਪੁੱਛ ਰਹੇ ਹਾਂ ਅਤੇ ਮਹਿਕਮੇ ਦੇ ਵੀ 'ਚ ਕੀ ਕੁਝ ਦਿੱਕਤਾਂ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂ ਭਾਅ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪੰਜਾਬ ਰੋਡਵੇਜ਼ ਦਾ ਮੁਲਾਜ਼ਮ ਹਾਂ ਮੈਂ ਲੁਧਿਆਣਾ ਡੀਪੂ ਤੋਂ ਸੁਖਵਿੰਦਰ ਇਹ ਦੱਸੋ ਕਿ ਜਿਹੜਾ ਸਰਕਾਰ ਨੇ ਫੈਸਲਾ ਲਿਆ ਬੀਬੀਆਂ ਵਾਸਤੇ ਉਹ ਕਿੱਦਾਂ ਕਿਵੇਂ ਦੇ ਦੇਖਦੇ ਹੋ ਉਸ ਫੈਸਲੇ ਨੂੰ ਠੀਕ ਫੈਸਲਾ ਹੈ ਸਰ ਫੈਸਲਾ ਇਦਾਂ ਕਿ ਚਲੋ ਸਰਕਾਰ ਦਾ ਇੱਕ ਜ਼ਿੰਮੇਵਾਰੀ ਬਣਦੀ ਆ ਲੋਕਾਂ ਲਈ ਸਹੂਲੀਅਤ ਦੇਣੀ ਕਿਸੇ ਵੀ ਕਿਸਮ ਦੀ ਸਹੂਲੀਅਤ ਸਰਕਾਰ ਨੂੰ ਦੇਣੀ ਚਾਹੀਦੀ ਆ ਅਸੀਂ ਬਿਲਕੁਲ ਐਗਰੀ ਹਾਂ ਇਸ ਗੱਲ ਨਾਲ ਬਟ ਸਾਡਾ ਕਹਿਣਾ ਇਹ ਅਸੀਂ ਮੁਲਾਜ਼ਮ ਅਸੀਂ ਕੰਮ ਕਰਦੇ ਹਾਂ ਅਸੀਂ ਕੰਟਰੈਕਟ 'ਤੇ 10 ਤੋਂ 12 ਸਾਲ ਤੋਂ ਕੰਮ ਕਰ ਰਹੇ ਹਾਂ ਪੰਜਾਬ ਰੋਡਵੇਜ਼ ਵਿੱਚ ਅਤੇ ਸਰਕਾਰ ਨੂੰ ਚਾਹੀਦਾ ਕਿ ਮਹਿਕਮਾ ਪਹਿਲਾਂ ਮਹਿਕਮਾ ਬਚਾਇਆ ਜਾਵੇ ਸਹੂਲੀਅਤ ਵੀ ਤਾਂ ਦਿੱਤੀ ਜਾਊਗੀ ਨਾ ਸਾਡੇ ਕੋਲ ਗੱਡੀਆਂ ਦੀ ਘਾਟ ਆ ਸਾਡੇ 75% ਟਾਈਮ ਨੇ ਜਿਹੜੇ ਪੰਜਾਬ ਰੋਡਵੇਜ਼ ਅਤੇ PRTC ਦੇ ਬੰਦ ਪਏ ਨੇ ਜਿਨ੍ਹਾਂ ਨੂੰ ਕਿ ਜਿਨ੍ਹਾਂ ਲਾਹਾ ਸਿੱਧਾ ਪ੍ਰਾਈਵੇਟ ਟਰਾਂਸਪੋਰਟਰ ਨੇ ਜਿਹੜੇ ਲੈ ਰਹੇ ਨੇ ਸਰਕਾਰ ਨੂੰ ਚਾਹੀਦਾ ਸਾਡੇ ਮਹਿਕਮੇ ਦੇ ਵਿੱਚ ਗੱਡੀਆਂ ਪਾਈਆਂ ਜਾਣ ਸਾਡੇ ਜੋ ਬੰਦ ਪਏ ਟਾਈਮ ਨੇ ਸਾਡੇ ਉਹ ਚਲਾਏ ਜਾਣ ਸਾਡੇ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ ਤਾਂ ਹੀ ਉਹ ਸਹੂਲੀਅਤ ਸਹੀ ਤਰੀਕੇ ਨਾਲ ਦੇ ਸਕਣ ਔਰ ਸਾਡੇ ਮੁਲਾਜ਼ਮਾਂ ਦੀ ਤਨਖਾਹ 8 ਤੋਂ 10-10 ਹਜ਼ਾਰ ਰੁਪਇਆ ਤਨਖਾਹ ਆਉਂਦੀ ਆ 14-14, 15-15 ਘੰਟੇ ਸਾਡੇ ਮੁਲਾਜ਼ਮ ਕੰਮ ਕਰਦੇ ਨੇ ਗੱਡੀਆਂ ਸਾਡੀਆਂ ਦੀ ਹਾਲਤ ਇੰਨੀ ਮਾੜੀ ਆ ਰਸਤੇ ਦੇ ਵਿੱਚ ਗੱਡੀਆਂ ਖੜਦੀਆਂ ਨੇ ਅੱਜ ਅਸੀਂ ਸਰਕਾਰ ਕਹਿੰਦੀ ਵੀ ਅਸੀਂ ਸਹੂਲੀਅਤ ਦਿੱਤੀ ਆ ਸਹੂਲੀਅਤ ਦੇਤੀ ਆ ਪਰ ਗੱਡੀਆਂ ਦੇ ਰਸਤੇ 'ਚ ਖੜਦੀਆਂ ਨੇ ਸਹੂਲੀਅਤ ਕਾਹਦੀ ਰਹਿ ਗਈ ਹੈ ਸਾਨੂੰ ਬੈਠਣਗੇ ਕਿੱਥੋਂ ਵਿੱਚ ਬਿਲਕੁਲ ਜੀ ਪਹਿਲਾਂ ਚਾਹੀਦਾ ਕਿ ਸਰਕਾਰ ਨੂੰ ਇਹ ਚਾਹੀਦਾ ਮਹਿਕਮੇ ਦੀ ਜੋ ਪਹਿਲਾਂ ਮਹਿਕਮੇ ਦੀ ਪਰੇਸ਼ਾਨੀ ਆ ਜੇ ਡਾਕਟਰ ਖੁਦ ਹੀ ਬਿਮਾਰ ਹੋਊਗਾ ਤਾਂ ਮਰੀਜ਼ ਨੂੰ ਕੀ ਦਵਾਈ ਦਊਗਾ ਮੇਰਾ ਕਹਿਣ ਦਾ ਮਤਲਬ ਇਹ ਹੈ ਸੋ ਸਰਕਾਰ ਨੂੰ ਚਾਹੀਦਾ ਅਸੀਂ ਬਿਲਕੁਲ ਐਗਰੀ ਹਾਂ ਇਸ ਗੱਲ ਨਾਲ ਸਹੂਲੀਅਤ ਲੋਕਾਂ ਨੂੰ ਸਰਕਾਰ ਦਾ ਦੇਣਾ ਫਰਜ਼ ਹੈ ਪਰ ਘੱਟੋ ਘੱਟ ਮਹਿਕਮੇ ਦਾ ਬਚਾਇਆ ਜਾਣ ਹੈਲਥ ਡਿਪਾਰਟਮੈਂਟ ਹੈ ਸਾਡੇ ਸਿੱਖਿਆ ਹੈ ਸਾਡਾ ਟਰਾਂਸਪੋਰਟ ਦਾ ਅਦਾਰਾ ਹੈ ਕਿੰਨੇ ਕਮਾਊ ਮਹਿਕਮੇ ਨੇ ਇਹਨਾਂ ਨੂੰ ਪਹਿਲਾਂ ਅਦਾਰਿਆਂ ਨੂੰ ਬਚਾਉਣਾ ਚਾਹੀਦਾ ਜੋ ਇਹਨਾਂ ਦੇ ਵਿੱਚ ਕਮੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਖਾਸ ਕਰ ਕਮੀ ਤਾਂ ਇਹ ਹੈ ਕਿ ਠੇਕੇਦਾਰੀ ਸਿਸਟਮ ਚੱਲ ਰਿਹਾ ਸਾਰੇ ਅਦਾਰਿਆਂ ਦੇ ਵਿੱਚ ਖਾਸ ਕਰ ਜਿਹੜਾ ਹੈਗਾ ਘੱਟ ਤੋਂ ਘੱਟ ਤਨਖਾਹ ਦੇ ਕੇ ਵੱਧ ਤੋਂ ਵੱਧ ਕੰਮ ਲਿਆ ਜਾਂਦਾ ਸਾਡੇ ਮੁਲਾਜ਼ਮਾਂ ਤੋਂ ਕਿਸੇ ਵੀ ਮੁਲਾਜ਼ਮ ਨਾਲ ਤੁਸੀਂ ਗੱਲ ਕਰ ਲਓ ਤੁਹਾਨੂੰ ਆਪ ਹੀ ਬਿਆਨ ਕਰ ਦੂਗਾ ਇਹ ਗੱਲ ਜਦਕਿ ਸਰਕਾਰ ਨੂੰ ਚਾਹੀਦਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਅਸੀਂ ਵੋਟ ਪਾ ਕੇ ਸਰਕਾਰ ਨੂੰ ਚੁਣਦੇ ਹਾਂ ਅਸੀਂ ਵੀ ਮੁਲਾਜ਼ਮ ਹਾਂ ਅਸੀਂ
कि जेडे गरीब लोग आ उन्हां नूं बहुत फायदा होगा इहदे नाल। पर सरकार नूं ना चाहिए कि जिहड़ा सरकारी किराया बसा आ जिहड़ियां उन्हां नूं उन्हां दी हालत बहुत माड़ी आ, उह सुधारनी चाहीदी पहलां तां। बाकी तो फायदा सफर करते होने मतलब बसा वाले कंडक्टर कंडक्टर का बतीरा कि लगे ठीक होंगे वैसे उदा तो ठीक होंगे आ। हाँ। बसा की विचों हालत ठीक नहीं बसा की हालत नहीं ठीक होंगी सुधारनी चाहिए सरकार को। तो थोड़ा लगता है भी यदा फायदा जो पेंडू इलाके लगता भी ज़्यादा ता ही हो सकता भी सरकार बसा भी बढ़ावे। बिल्कुल जी, जिदा कि पिंडा खाली प्राइवेट बसा जा सरकारी कोई बस नहीं हैगी उन्होंने की होगा फिर लगता भी सरकारी बसा होर बढ़ानिया चाहिए। बिल्कुल। अच्छा एक गल तो थोड़ा लगता भी पंजाब प्राइवेट बसा ज़्यादा ने सरकारी बसा का गिनती बहुत घट है सर प्राइवेट। बिल्कुल जी ठीक हो ताडा जिहड़ा आ कहना वो सही हैगा आ कि प्राइवेट बसा बहुत ज़्यादा आ। ठीक है सरकार ने जो फैसला करे ठीक है ये जल्दी वधिया आ। बिल्कुल जी। तो पंजाब सरकार के फैसले बारे लोगों के नाल गलबात की है जी, हालांकि ज़्यादातर जो असी बस स्टैंड मौजूद से बीबिया ने गल करन तो थोड़ा गुरेज किया है, इस करके लोगों जिनी भी असी गल की वो कुल मिला के गल यही सामने आई है कि लोग स्वागत कर रहे हैं सरकार के फैसले का कि इस फायदा जोड़े ने आर्थिक तौर पर कमज़ोर लोगों इसका चंगा फायदा होएगा। पर नाल दी नाल एक वड्डी गल निकल के यह भी आई है कि जो महकमा है सरकार नूं उसनूं सुधारन लई भी कदम चुकने चाहिए ने, क्योंकि महकमे दे विच बहुत सारे मुलाजम जिहड़े ने ठेके दे उत्ते काम कर रहे हैं। इस तो पहला जो सरकार स्कीमां चला रही है उन्हां दे विच जो सबसिडी महकमे नूं दित्ती जानी सी ट्रांसपोर्ट महकमे नूं रोडवेज होवे PRTC होवे वो सबसिडी समय दे उत्ते नहीं दित्ती जांदी, जिस दी वजह करके बसां दी हालत जिहड़ी है वो ठीक नहीं है। लोग ये चाहते हैं कि सरकार ने फैसला चंगा किया है, पर जेकर सरकार चाहती है कि इसका बेनीफिट सरकार नूं होवे फायदा पहुँचे तो चाहिए यह है कि जो बसा ने उन्हां दी हालत सुधारी जानी चाहिए है, गिणती वधाई जानी चाहिए है, खास तौर के उत्ते जो पेंडू खेत्र ने उन्हां पेंडू खेत्रों के बसा की गिणती होर वधाउण की लोड़ है, क्योंकि ज़्यादातर लोग जिहड़े ने आर्थिक तौर पर कमज़ोर लोग जिहड़े ने पेंडू खेत्रों के संबंधित ने उन्होंने जेकर इस चीज़ का फायदा पहुँचाना है तो बसा की गिणती जी उन्हां खेत्रों च वधाई जानी चाहिए है। कुल मिला के लोग इस फैसले का स्वागत कर रहे हैं, पर गल ये भी पूछ रहे हैं कि आखिर यह फैसला लै लिया है सरकार को, इसनों जल्द तो जल्द लागू भी करना चाहिए तो बसा जड़िया ने उसकी हालत सुधारनी चाहिए है। तो फिलहाल अज्ज दे पंजाब बोलदा चैनल ही, धन्यवाद।